चेहरा एक नौजवान जिन्हें इस मूसे पिंड का नाम रोशन किया उस छड़ के चला गया। बहुत दुख है जी। जान वाले हो तुम, अक्सर मुलाकात होंगी होगी, सिद्धू नूं जाते मिलते होंगे, इस छोटी उम्र के अलविदा? नहीं, ये नहीं सोचा कभी। बापू तुहाडी मुलाकात होंदी रहिंदी सी सिद्धू मूसे वाले नाल? बहुत होंदी रही भरा, बाबा जाते मिलते थे, बहुत चंगा दिन देखते सीगे, भावें बीबियां आ रही हो, मातावान बाप बुजुर्ग जो भी आन, हर किसी को प्यार नाल मिलता। पूरा वधिया जी आई टकरी, पूरा बंदा वधिया जी, मतलब पति हुंदा गा मैं चलदा, बहुत दूर आउंदे मुंडे देखण लायक, बहुत चंगे जी रहे, ताइयों बेचारे उहदे सब आ काम दा पति नूं चुकाउण लगा। ਨਾਲ ਕੋਠੀ ਵੀ ਬਣਾਈ ਸੀਗੀ, ਹਵੇਲੀ ਬਣਾਈ ਸੀ, ਮਾਰਾ ਬਾਈ ਜੀ ਬੰਦੇ ਬਹੁਤ ਚੱਲ ਗਏ, ਦੇਖਣ ਦਾ ਟਾਈਮ ਹੀ ਲੱਗ ਜਾਵੇ ਕੀ ਕਰੀ। ਤਾਂ ਬਾਬੂ ਗੋਰੇ ਨੇ ਬਜ਼ੁਰਗ ਕੀ ਕਹਿਣਾ ਚਾਹੋਗੇ ਜੀ? ਅੱਜ ਬਹੁਤ ਦੁਖਦਾਈ ਖਬਰ ਹੈ, ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ। ਮੂਸਾ ਪਿੰਡ ਜਿਹੜਾ ਕਦੀ ਚਰਚਾ 'ਚ ਨਹੀਂ ਸੀ, ਉਹ ਸਿੱਧੂ ਮੂਸੇਵਾਲਾ ਦੀ ਕਰਕੇ ਚਰਚਾ 'ਚ। ਕਦੋਂ ਤੁਹਾਡੀ ਮੁਲਾਕਾਤ ਹੋਈ ਸਿੱਧੂ ਨਾਲ? ਤਾਂ ਬੇਹੱਦ ਭਾਵੁਕ ਨੇ, ਸ਼ਾਇਦ ਬੋਲ ਵੀ ਨਹੀਂ ਸਕਦੇ। ਹਾਂਜੀ, ਰਹਿੰਦੇ ਪੁਰਾਣਾ ਘਰ ਕੋਲ ਕੋਲ ਗੁਆਂਢੀ ਸੀਗੇ, ਪੁਰਾਣੇ ਘਰ ਦੇ ਕੋਲ ਰਹਿੰਦੇ ਸੀ। ਬਹੁਤ ਕਰਦਾ ਮੇਰੇ ਤਾਂ ਮੋਹ ਵਗੈਰਾ, ਆਪਣੇ ਪੁਰਾਣੇ ਘਰ ਹੀ ਰਹਿ ਰਿਹਾ ਸੀ ਸ਼ੁਭਦੀਪ ਹੋਣੀ, ਇੱਧਰ ਆ ਗਏ ਸੀਗੇ। ਭਾਵੇਂ ਨਵੀਂ ਹਵੇਲੀ ਬਣਾ ਲਈ ਸੀ, ਨਵੇਂ ਘਰ 'ਚ ਆ ਗਏ ਸੀਗੇ, ਪਰ ਆਹ ਪਿਆਰ ਦੇਖੋ ਇਹਨਾਂ ਦਾ, ਜਿਹੜਾ ਇਸ ਵੇਲੇ ਸ਼ਾਇਦ ਬੋਲਣ ਦੀ ਹਾਲਤ ਦੇ ਵਿੱਚ ਵੀ ਨੇ, ਸ਼ਾਇਦ ਬੋਲ ਵੀ ਨਹੀਂ ਸਕਣਗੇ, ਕਿਉਂਕਿ ਜਿਸ ਦਾ ਪੁੱਤ ਚਲਾ ਜਾਂਦਾ ਉਸਦੇ ਉੱਤੇ ਜੋ ਬੀਤਦੀ ਆ ਉਸਨੂੰ ਹੀ ਪਤਾ ਹੁੰਦਾ। ਕਹਿਣਾ ਚਾਹੋਗੇ ਜੀ, ਅੱਜ ਬਹੁਤ ਦੁਖਦਾਈ ਖਬਰ ਹੈ, ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ। ਮੂਸਾ ਪਿੰਡ ਜਿਹੜਾ ਕਦੀ ਚਰਚਾ 'ਚ ਨਹੀਂ ਸੀ, ਉਹ ਸਿੱਧੂ ਮੂਸੇਵਾਲਾ ਦੀ ਕਰਕੇ ਚਰਚਾ 'ਚ। ਵਾਰ ਕਦੋਂ ਤੁਹਾਡੀ ਮੁਲਾਕਾਤ ਹੋਈ ਸਿੱਧੂ ਨਾਲ? ਤਾਂ ਬੇਹੱਦ ਭਾਵੁਕ ਨੇ, ਸ਼ਾਇਦ ਬੋਲ ਵੀ ਨਹੀਂ ਸਕਦੇ। ਹਾਂਜੀ, ਰਹਿੰਦੇ ਪੁਰਾਣਾ ਘਰ ਕੋਲ ਕੋਲ ਗੁਆਂਢੀ ਸੀਗੇ, ਪੁਰਾਣੇ ਘਰ ਦੇ ਕੋਲ ਰਹਿੰਦੇ ਸੀ। ਬਹੁਤ ਕਰਦਾ ਮੇਰੇ ਤਾਂ ਮੋਹ ਵਗੈਰਾ, ਆਪਣੇ ਪੁਰਾਣੇ ਘਰ ਹੀ ਰਹਿ ਰਿਹਾ ਸੀ ਸ਼ੁਭਦੀਪ ਹੋਣੀ, ਇੱਧਰ ਆ ਗਏ ਸੀਗੇ। ਭਾਵੇਂ ਨਵੀਂ ਹਵੇਲੀ ਬਣਾ ਲਈ ਸੀ, ਨਵੇਂ ਘਰ 'ਚ ਆ ਗਏ ਸੀਗੇ, ਪਰ ਆਹ ਪਿਆਰ ਦੇਖੋ ਇਹਨਾਂ ਦਾ, ਜਿਹੜਾ ਇਸ ਵੇਲੇ ਸ਼ਾਇਦ ਬੋਲਣ ਦੀ ਹਾਲਤ ਦੇ ਵਿੱਚ ਵੀ ਨੇ, ਸ਼ਾਇਦ ਬੋਲ ਵੀ ਨਹੀਂ ਸਕਣਗੇ, ਕਿਉਂਕਿ ਜਿਸ ਦਾ ਪੁੱਤ ਚਲਾ ਜਾਂਦਾ ਉਸਦੇ ਉੱਤੇ ਜੋ ਬੀਤਦੀ ਆ ਉਸਨੂੰ ਹੀ ਪਤਾ ਹੁੰਦਾ।